लोकसभा चुनाव 2019 ले बीजेपी ने अमृतसर सीट तो केंद्रीय राज्य मंत्री ते साबका आईएफएस हरदीप पुरी नु उम्मीदवार बनाया है, जिन्हां दा मुकाबला कांग्रेस दे गुरजीत सिंह ओजला नाल होवेगा। एतवार शाम नु पुरी दे नाम दा रस्मी ऐलान कर दिता गया। अमृतसर ले पुरी ही पार्टी दी पहली पसंद मन्ने जा रहे सन। जेकर केंद्रीय राज्य मंत्री दे तौर ते उन्हां दे पंजाब दौरे नु वेखिए तां उन्हां ने सब तो ज्यादा अमृतसर दे दौरे कीते, जिथों किते ना किते इह तां साफ सी कि हरदीप पुरी चुप चपीते अमृतसर सीट ते होमवर्क कर रहे सन। ਇਥੋਂ ਤੱਕ ਕਿ ਪੀਐਮ ਮੋਦੀ ਦੇ ਇੱਕ ਵਿਸ਼ੇਸ਼ ਅਭਿਆਨ ਤਹਿਤ ਉਹ ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਰਾਤ ਵੀ ਠਹਿਰੇ ਸਨ। ਪਹਿਲਾਂ ਅਫਵਾਹਾਂ ਸਨ ਕਿ ਪਾਰਟੀ ਅੰਮ੍ਰਿਤਸਰ ਸੀਟ ਤੋਂ ਕਿਸੇ ਸੈਲੀਬ੍ਰਿਟੀ ਨੂੰ ਰਾਜ਼ੀ ਕਰ ਲਵੇਗੀ, ਪਰ ਜੇਕਰ ਕੋਈ ਹੱਲ ਨਾ ਮਿਲਿਆ ਤਾਂ ਹਰਦੀਪ ਪੁਰੀ ਤੇ ਦਾਅ ਖੇਡਿਆ ਜਾਵੇਗਾ। ਹਰਦੀਪ ਸਿੰਘ ਪੁਰੀ ਨੂੰ ਮੈਦਾਨ 'ਚ ਉਤਾਰ ਕੇ ਬੀਜੇਪੀ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤਾਂ ਸਿੱਖ ਚਿਹਰਾ, ਦੂਜਾ ਗੁੱਟਬਾਜ਼ੀ ਤੋਂ ਬਚਣ ਦੀ ਕੋਸ਼ਿਸ਼, ਪਰ ਹਰਦੀਪ ਪੁਰੀ ਲਈ ਅੰਮ੍ਰਿਤਸਰ ਦੀ ਰਾਹ ਇੰਨੀ ਵੀ ਆਸਾਨ ਨਹੀਂ ਰਹੇਗੀ। ਸਭ ਤੋਂ ਪਹਿਲਾਂ ਸਮੱਸਿਆ ਉਹਨਾਂ ਦਾ ਬਾਹਰੀ ਹੋਣਾ। हो सकता है कि पुरी नू लोकल ना होने कारण विरोधी उम्मीदवारों वालों निशाने ते लिया जा सकता है। उथे ही पार्टी अंदर भी गुटबाजी चल रही है, क्योंकि एक धड़ा श्वेत मलिक ते दूजा धड़ा साबका मंत्री अनिल जोशी का चल रहा है, ते दोवां वालों ही लोकसभा टिकट लैण लई जोर अजमाइश की गई सी, जिस बारे पार्टी नू भी पता सी। हरदीप पुरी 15 फरवरी 1952 नू दिल्ली विच जन्मे सन। 1974 बैच दे आईएफएस अधिकारी सन। ਉਹ ਯੂਨਾਈਟਿਡ ਨੇਸ਼ਨ ਦੇ 2009 ਤੋਂ 2013 ਤੱਕ ਭਾਰਤ ਦੇ ਸਥਾਈ ਪ੍ਰਤੀਨਿਧੀ ਰਹੇ। ਇਸ ਤੋਂ ਇਲਾਵਾ ਇੰਡੀਅਨ ਨੈਸ਼ਨਲ ਸਿਕਿਉਰਿਟੀ ਕਾਉਂਸਲ ਕਾਊਂਟਰ ਟੈਰੋਰਿਜ਼ਮ ਕਮੇਟੀ ਦੇ ਚੇਅਰਮੈਨ ਵੀ ਰਹੇ। ਉਸ ਵੇਲੇ ਪੀਐਮ ਡਾਕਟਰ ਮਨਮੋਹਨ ਸਿੰਘ ਸੀ। 2 ਸਤੰਬਰ 2017 ਨੂੰ ਉਹਨਾਂ ਨੂੰ ਐਨਡੀਏ ਸਰਕਾਰ 'ਚ ਅਰਬਨ ਡਿਵੈਲਪਮੈਂਟ ਮਿਨਿਸਟਰ ਬਣਾਇਆ ਗਿਆ ਸੀ। ਉਹ ਬ੍ਰਾਜ਼ੀਲ, ਸ਼੍ਰੀਲੰਕਾ, ਯੂਕੇ ਤੇ ਜਾਪਾਨ ਵਰਗੇ ਦੇਸ਼ਾਂ 'ਚ ਡਿਪਲੋਮੈਟ ਰਹਿ ਚੁੱਕੇ ਨੇ। ਹੁਣ ਵੇਖਣਾ ਹੋਵੇਗਾ ਕਿ ਪਿਛਲੀ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਮਿਲੀ ਹਾਰ ਨੂੰ ਕਿ ਹਰਦੀਪ ਪੁਰੀ ਜਿੱਤ ਵਿੱਚ ਬਦਲ ਸਕਣਗੇ, ਜਾਂ ਫਿਰ ਪਾਰਟੀ ਦੇ ਅੰਦਰੂਨੀ ਕਲੇਸ਼ ਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪਵੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ। ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਈ ਸਰਵਿਸਿਜ਼ ਨੂੰ 9253 9563 'ਤੇ।